बलात्कार होया सी ओदे विच जिन्ने भी ओ बलात्कारी सी उन्हां सारे नूं हुण सरकार ने बरी करा दित्ता, बरी करा के फिर उन्हां नूं सरबंध कीता जा रहा है। लेकिन दुख दी गल है, एक पासे ओ बलात्कारां दे विच इन्ने बलात्कार वध गए हन, इन्ना हिंदू मुसलमान और इतो ही गल बड़ी हो रही है कि जात पात दे इन्हां दे आधार ते सरकार चला रहे हन। मैं गुरचरण सिंह सिउणा, भारतीय किसान यूनियन भटीड़े का वालों सूबा सीनियर अमित प्रधान। बाकी जिहड़े साडे अज धरना लगता है, मिनी सैक्रेटरी लाया वा यह 11 बजे लेकर साढ़ा 2 बजे तक का धरना। ये जिहड़ियां मौके दीआं मंगां ने जिहदे पिछे असीं काफ़ी बार अपना डी सी साहब नूं पहले मंग पत्र दे चुके हैं, वह मंगां ने जिवें हुण जूरे की किल्लत आ, हुण कणकां नूं पानी देण दा टाइम आ गया, पहला पानी देना, इहदे बाद सानूं जूरिया की करना, लगातार सानू जूरे की घाट पै रही आ। जिवें हुण शाम लाट जमीन की होगी, जिहड़े शाम लाट जमीन ने मतलब ए लोगों ने जमीन सामभ संभाल करी भी आदि में जो आप लाइए पूरे पंजाब के 80% लोग प्रभावित होंगे ने, ज़्यादातर दरियावी कंढे से, जिवें जिन्हें भी दरियावी कंढे के जमीन ने उत्थे दरियाओ पैंदे ने, दरियाओ कदे इधर चल पै कदे इधर, वो लोगों ने बेचारों ने अपना रुजगार चला रखा। पर सरकार की सोच आ भी वह जमीन खो के पंचायतों के अंडर करे जाना भी सरकार ने आमदन हो, पर बहुत ज़्यादा गलत आ। ਐਵੇਂ ਹੀ ਸੋਸਾਇਟੀਆਂ ਬਦਲ ਦੇਖਦੇ ਆਪਾਂ, ਜਿਹੜੇ ਜਿਵੇਂ ਹੁਣ ਪਿਛਲੇ ਸਾਲ 2017 ਦੇ ਵਿੱਚ ਕੈਪਟਨ ਸਰਕਾਰ ਨੇ ਇੱਕ ਵਾਅਦਾ ਕਰਿਆ ਤਾ ਲੋਕਾਂ ਗੱਲ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵੀ ਜਿੰਨਾ ਵੀ ਕਰਜ਼ਾ ਆ ਕਿਸਾਨਾਂ ਸਿਰ ਜਾਂ ਕਿਸੇ ਵੀ ਵਰਗ ਸਿਰ ਉਹ ਸਾਰਾ ਇੱਕ ਤੌਰ 'ਤੇ ਮਾਫ਼ ਹੋਊਗਾ। ਪਰ ਇਹੋ ਜਿਹਾ ਕੁਛ ਨਹੀਂ, 2017 ਦੇ ਬਾਅਦ ਲੋਕਾਂ ਨੂੰ ਆਸ ਸੀ ਵੀ ਸ਼ਾਇਦ ਕੈਪਟਨ ਸਰਕਾਰਾਂ ਨੂੰ ਜਿਤਾ ਕੇ ਵੀ ਸਾਡਾ ਕਰਜ਼ਾ ਮਾਫ਼ ਹੋ ਜੂ, ਪਰ ਉਹਦੇ ਵਿੱਚ ਲੋਕ ਡਿਫਾਲਟਰ ਕਰਤੇ ਇਹਨਾਂ ਨੇ 2017 ਤੋਂ ਬਾਅਦ। ਜੇ ਕਿਸੇ 2 ਲੱਖ ਉਸ ਟਾਈਮ ਅੱਜ ਉਹਨਾਂ ਸਿਰ 4 ਲੱਖ ਹੋ ਗਿਆ। ਹੁਣ ਸਰਕਾਰ ਨੇ ਕੀ ਕਰਿਆ, ਨਵੀਂ ਨੀਤੀ ਬਣਾ ਲਈ, ਲੋਕਾਂ ਦੀਆਂ ਜ਼ਮੀਨਾਂ ਅਟੈਚ ਕਰਨ ਲੱਗ ਗਈ, ਲੋਕਾਂ ਦੀਆਂ ਜ਼ਮੀਨਾਂ ਅਟੈਚ ਕਰ ਰਹੀ ਆ, ਪਰ ਜਿਹੜੇ ਬੰਦਿਆਂ ਨੇ ਵਾਅਦਾ ਕਰਿਆ ਉਹਨਾਂ ਪਰ ਵਾਸਤੇ ਕੋਈ ਕਾਰਵਾਈ ਨਹੀਂ ਹੋ ਰਹੀ। ਸਾਡੀ ਆਹ ਬਹੁਤ ਬੜਾ ਮੁੱਦਾ ਆ। ਜਿਹੜੀਆਂ ਸੋਸਾਇਟੀਆਂ ਨੇ ਹੁਣ ਤੱਕ ਲਗਾਤਾਰ ਘਾਟੇ ਚੱਲ ਰਹੀਆਂ ਨੇ, ਜੇ ਸੋਸਾਇਟੀਆਂ ਘਾਟੇ ਦੇ ਵਿੱਚ ਨੇ ਤਾਂ ਉਹ ਲੋਕਾਂ ਨੂੰ ਕੀ ਹੋ ਕਰਨਗੇ। ਜਿਵੇਂ ਇੱਕ ਪਾਸੇ ਸਰਕਾਰ ਕਹਿ ਦਿੰਦੀ ਆ ਵੀ ਅੱਗ ਨਾ ਲਾਓ, ਅੱਗ ਲਓ ਦੱਸੋ ਲੋਕ ਕਿਉਂ ਨਾ ਲਾਉਣ, ਜੇ ਤਾਂ ਸੋਸਾਇਟੀਆਂ ਵਾਅਦੇ 'ਚ ਹੋਣਗੀਆਂ ਉੱਥੇ ਪ੍ਰਬੰਧ ਹੋ ਸਕਦੇ ਨੇ ਕੋਈ ਸਾਧਨ। ਹੁਣ ਸਾਡੇ ਦੂਜੇ ਪਾਸੇ ਜਿਵੇਂ ਯੂਰੀਆ DAP ਜਾਂ ਸਾਨੂੰ ਕੁਛ ਵੀ ਲੈਣਾ ਹੁੰਦਾ ਉਹ ਜੇ ਸਾਨੂੰ ਸੋਸਾਇਟੀ 'ਚ ਮਿਲੇ ਤਾਂ ਜ਼ਿਆਦਾ ਵਧੀਆ। ਪਰ ਸਰਕਾਰ ਜਾਣ ਬੁੱਝ ਕੇ ਜਿਹੜਾ ਰੇਹ ਦਵਾਈਆਂ ਸਾਨੂੰ ਪ੍ਰਾਈਵੇਟ ਬੰਦਿਆਂ ਦੇ ਹੱਥਾਂ ਦੇ ਵਿੱਚ, ਕਾਰਪੋਰੇਟ ਘਰਾਂ ਦੇ ਹੱਥਾਂ ਵਿੱਚ ਸੌਂਪ ਰਹੀਆਂ ਨੇ ਵੀ ਸਰਕਾਰੀ ਜ਼ਿੰਮੇਵਾਰ ਨੇ ਉਹ ਬੰਦ ਕਰ ਰਹੇ ਨੇ। ਜਿਵੇਂ ਹੁਣ ਅਵਾਰਾ ਪਸ਼ੂਆਂ ਦਾ ਕਹਿ ਸਕਦੇ ਆਪਾਂ, ਅਵਾਰਾ ਪਸ਼ੂਆਂ ਦਾ ਬਹੁਤ ਨੁਕਸਾਨ ਆ, ਸਾਡੇ ਜਿਹੜੇ ਬੀਜ ਦੇ ਬਿੱਲ ਵੀ ਆਉਂਦੇ ਨੇ ਕਈ ਜਗ੍ਹਾ ਫਰਦਾਂ 'ਤੇ ਵੀ ਗਊ ਸੈਸ ਲੱਗਦਾ, ਪਰ ਸਰਕਾਰ ਕੋਈ ਗਊਆਂ ਵਾਸਤੇ ਜਾਂ ਜਿਹੜੇ ਅਵਾਰਾ ਪਸ਼ੂ ਵਾਸਤੇ ਕੋਈ ਧਿਆਨ ਨਹੀਂ ਦੇ ਰਹੀ। ਇੱਕ ਸਭ ਤੋਂ ਵੱਡੀ ਜਿਹੜੀ ਪਾਣੀ ਦੇ ਮੁੱਦੇ ਦੀ ਗੱਲ ਆ, ਜਿਹੜਾ ਪਾਣੀ ਆ ਮਲਦਹਿਰੀ ਪਾਣੀ ਆ ਉਹ ਕਿਸਾਨ ਦੀ ਹਰ ਇੱਕ ਜ਼ਮੀਨ ਦੇ ਪਹੁੰਚਦਾ ਹੋਣਾ ਚਾਹੀਦਾ, ਸਰਕਾਰ ਨੂੰ ਇਹੋ ਜਿਹੇ ਉਹ ਕਰਨੇ ਚਾਹੀਦੇ ਨੇ, ਉਪਰਾਲੇ ਕਰਨੇ ਚਾਹੀਦੇ ਨੇ। ਇਹ ਮੌਕੇ ਦੀਆਂ 8-10 ਮੰਗਾਂ ਨੇ ਜਿਹਦੇ ਵਾਸਤੇ ਅਸੀਂ ਡੀ ਸੀ ਸਾਹਿਬ ਨੂੰ ਅੱਜ ਮੰਗ ਕਰਦੇ ਹਾਂ। ਦੇਖੋ ਜੀ, ਡੱਲੇਵਾਲ ਸਾਹਿਬ ਨੇ ਉਹ ਬਹੁਤ ਬੜੀ ਮੰਗ ਪੂਰੀ ਹੋਵੇ, ਕਿਉਂਕਿ ਡੱਲੇਵਾਲ ਸਾਹਿਬ ਨੇ ਜਿਹੜੀਆਂ ਹੈ ਸ਼ਾਮ ਲਾਟ ਜ਼ਮੀਨਾਂ ਦੀ ਸਰਕਾਰ ਗੱਲ ਕਰ ਰਹੀ ਸੀ, ਅਸੀਂ ਮਤਲਬ ਸਰਕਾਰਾਂ ਪੰਚਾਇਤਾਂ ਦੇ ਅੰਡਰ ਕਰਾਂਗੇ, ਉਹ ਵਧੀਆ ਬਹੁਤ ਵਧੀਆ ਗੱਲ ਆ। ਕਿਉਂਕਿ ਹੁਣ ਤੱਕ ਜਿਹੜੀਆਂ ਜ਼ਮੀਨਾਂ ਨੇ ਉਹ ਕਿਸੇ ਸਰਕਾਰਾਂ ਜਾਂ ਪੰਚਾਇਤ